પરમ સત્કાર્યોક સાత్సંગજી سارے apni rasna pavitr kariye te aakhiye tan sir hi satguru jagjit singh ji tan sir hi satguru ude singh ji satsange ji aaj di sakhi dasar lekh hai birthi kaden na ho vayi jan ki ardas shiri pehni saheb vich rehne wali sant lal singh jida pichhokad shahidi parivar nal ja judda hai ਜਦੋਂ ਸ਼ਹੀਦ ਬਿਸ਼ਨ ਸਿੰਘ ਸ਼ਹੀਦ ਹੋਇਆ ਤਾਂ ਉਸ ਦੇ ਪਿਤਾ ਅਤੇ ਪਰਹਾਜੀ ਵੀ ਸ਼ਹੀਦ ਹੋਏ ਉਸ ਦੀ ਪਰਜਾਈ ਦੇ ਕੁਛੜ ਇੱਕ ਛੋਟਾ ਜਿਹਾ ਬੱਚਾ ਸੀ ਉਸ ਬੱਚੇ ਦੇ ਅੰਸ਼ ਵਿੱਚੋ ਇਹ ਸੰਤ ਲਾਲ ਸਿੰਘ ਜੀ ਹਨ ਉਹ ਆਪਣੇ ਨਾਲ ਬੀਤੀ ਵਾਰਤਾ ਇਸ ਤਰ੍ਹਾਂ ਸੁਣਾਉਂਦੇ ਹਨ ਸਾਲ 1977 ਵਿੱਚ O58 ਇੰਜੀਨੀਅਰ ਰੈਜੀਮੈਂਟ ਚੰਡੀ ਮੰਦਰ ਵਿੱਚ ਸਨ 62 ਇੰਜੀਨੀਅਰ ਰੈਜੀਮੈਂਟ ਨੂੰ ਉਹਨਾਂ ਨੇ ਰਿਸੀਵ ਕਰਨਾ ਸੀ ਜਿਹੜੀ ਕਿ ਉਸ ਵਕਤ ਸਿੱਕਮ ਵਿੱਚ ਸੀ ਐਡਵਾਂਸ ਪਾਰਟੀ ਵਿੱਚ ਉਹਨਾਂ ਦਾ ਨਾਮ ਵੀ ਸੀ ਉਹਨਾਂ ਦੀ 62 ਰੈਜੀਮੈਂਟ ਦਾ ਚਾਰਜ ਲੈਣ ਵਾਸਤੇ ਡਿਊਟੀ ਲੱਗੀ ਹੋਈ ਸੀ ਇਹ ਰੈਜੀਮੈਂਟ ਸਿੱਕਮ ਦੀ ਰਾਜਧਾਨੀ ਗੰਗਟੋਕ ਤੋਂ ਕਾਫੀ ਅੱਗੇ ਜਾ ਕੇ ਹਾਈ ਐਲਟੀਟਿਊਡ ਤੇ ਸੀ ਇਸ ਜਗ੍ਹਾ ਦਾ ਮੌਸਮ ਕਾਫੀ ਖਰਾਬ ਰਹਿੰਦਾ ਸੀ ਕਈ ਕਦਾਂ ਹੀ ਧੁੱਪ ਨਿਕਲਦੀ ਸੀ ਰਹਿਣ ਵਾਸਤੇ ਸੀਜੀ ਆਈ ਸੀਟਾਂ ਦੀਆਂ ਬੈਰਕਾਂ ਸਨ ਉਹਨਾਂ ਦੇ ਹੇਠਾਂ ਪਾਣੀ ਵਾਲੇ ਬਰਤਨ ਰੱਖ ਦਿੱਤੇ ਜਾਂਦੇ ਸਨ ਇਹ ਪਾਣੀ ਹੀ ਇਸ਼ਨਾਨ ਕਰਨ ਖਾਣਾ ਬਣਾਉਣ ਅਤੇ ਕਪੜੇ ਧੋਣ ਦੇ ਕੰਮ ਆਉਂਦਾ ਸੀ ਬੈਰਕਾਂ ਨੂੰ ਗਰਮ ਰੱਖਣ ਵਾਸਤੇ ਬੁਖਾਰੀਆਂ ਨਾਲ ਹੀ ਕੰਮ ਚੱਲਦਾ ਸੀ ਜੋ ਕਿ ਕੇਰੋਸਨ ਨਾਲ ਹੀ ਚੱਲਦੀਆਂ ਸਨ ਉਸ ਦਿਨ ਸਵੇਰੇ ਸਵੇਰੇ 7 ਵਜੇ ਦਾ ਟਾਈਮ ਸੀ ਉਹ ਦਫ਼ਤਰ ਜਾਣ ਵਾਸਤੇ ਤਿਆਰ ਸਨ ਉਹ ਮਨ ਵਿੱਚ ਅਫਸੋਸ ਕਰ ਰਹੇ ਸਨ ਕਿ ਇਹ ਸੱਚੇ ਪਾਤਸ਼ਾਹ ਜੀ ਇੱਥੇ ਆ ਕੇ ਮੇਰਾ ਨਿਤਨੇਮ ਘਾਟ ਗਿਆ ਹੈ ਇਸ ਲਈ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਇਹ ਸੋਚਦਿਆਂ ਉਹ 8 ਵਜੇ ਦਫ਼ਤਰ ਪਹੁੰਚ ਗਏ ਉੱਥੇ ਪਹੁੰਚ ਕੇ ਕੰਪਨੀ ਕਮਾਂਡਰ ਮੇਜਰ ਰਾਜਕੁਮਾਰ ਨੇ ਆਖਿਆ ਕਿ ਕੋਰ ਹੈੱਡ ਕੁਆਟਰ ਤੋਂ ਸਿਗਨਲ ਆਇਆ ਹੈ ਉਹਨਾਂ ਨੇ ਐਮਟੀ ਦੀ ਰਿਪੋਰਟ ਮੰਗੀ ਹੈ ਇਸ ਵਾਸਤੇ ਐਮਟੀ ਹਵਲਦਾਰ ਨੂੰ ਆਖੋ ਕਿ ਰਿਪੋਰਟ ਤਿਆਰ ਕਰਨ ਵਾਸਤੇ ਆਪਣੇ ਰਜਿਸਟਰ ਲੈ ਕੇ ਆ ਜਾਵੇ ਉਹ ਦਫਤਰ ਤੋਂ ਨਿਕਲ ਕੇ ਉਸ ਨੂੰ ਕਹਿਣ ਚੱਲੇ ਹੀ ਸਨ ਕਿ ਅਗੂ ਮੈਡੀਕਲ ਦਾ ਕੈਪਟਨ ਪਰਮਜੀਤ ਸਿੰਘ ਮਿਲ ਗਿਆ ਉਹ ਕਹਿਣ ਲੱਗਾ ਕਿ ਲਾਲ ਸਿੰਘ ਜੀ ਮੈਂ ਸੁਣਿਆ ਹੈ ਕਿ ਤੁਹਾਡਾ ਬੀਪੀ ਹਾਈ ਹੈ ਕਿਉਂਕਿ ਇੱਕ ਦਿਨ ਪਹਿਲਾਂ ਲਾਲ ਸਿੰਘ ਜੀ ਡਾਕਟਰੀ ਚੈੱਕਅਪ ਵਾਸਤੇ ਐਮਟੀ ਰੂਮ ਗਏ ਸਨ ਉਦੋਂ ਉਹਨਾਂ ਦਾ ਬੀਪੀ 150/90 ਸੀ ਜਦੋਂ ਕਿ ਚਾਹੀਦਾ 120/80 ਸੀ ਅਸਲ ਵਿੱਚ ਮੈਡੀਕਲ ਅਫਸਰ ਨੇ ਬੀਪੀ ਹਾਈ ਵਾਲੀ ਲਿਸਟ ਬੀਪੀ ਹਾਈ ਵਾਲੀ ਲਿਸਟ ਵਿੱਚ ਉਹਨਾਂ ਦਾ ਨਾਮ ਵੇਖ ਲਿਆ ਸੀ ਲਾਲ ਸਿੰਘ ਜੀ ਨੇ ਉਸ ਨੂੰ ਦੱਸਿਆ ਕਿ ਉਹਨਾਂ ਨੇ ਇੱਕ ਰਿਪੋਰਟ ਭੇਜਣੀ ਹੈ ਇਸ ਵਾਸਤੇ ਉਹ ਹਵਾਲ ਹਵਲਦਾਰ ਕੋਲ ਚੱਲੇ ਹਨ ਉਹ ਉਹਨਾਂ ਦੀ ਗੱਲ ਸੁਣੇ ਬਗੈਰ ਹੀ ਉਹਨਾਂ ਦੀ ਬਾਹ ਧਰੂਕੇ ਨਾਲ ਲੈ ਗਿਆ ਜਾ ਕੇ ਬੀਪੀ ਚੈੱਕਅਪ ਕੀਤਾ ਜੋ ਕਿ 150 90 ਹੀ ਸੀ ਉਸ ਨੇ ਉਸੇ ਵਕਤ ਮੇਜਰ ਰਾਜਕੁਮਾਰ ਨੂੰ ਟੈਲੀਫੋਨ ਕਰ ਦਿੱਤਾ ਕਿ ਮੈਂ ਲਾਲ ਸਿੰਘ ਨੂੰ ਨਾਲ ਲੈ ਆਇਆ ਹਾਂ ਇਸ ਦਾ ਬੀਪੀ ਹਾਈ ਹੈ ਮੈਂ ਇਸ ਨੂੰ ਇੱਥੇ ਨਹੀਂ ਰੱਖ ਸਕਦਾ ਮੈਡੀਕਲ ਅਫਸਰ ਦੀ ਰਿਪੋਰਟ ਨੂੰ ਮੰਨਿਆ ਜਾਂਦਾ ਹੈ ਮੇਜਰ ਰਾਜਕੁਮਾਰ ਨੇ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਖਬਰ ਨਹੀਂ ਜਿਵੇਂ ਤੁਸੀਂ ਠੀਕ ਸਮਝਦੇ ਹੋ ਕਰ ਲਓ ਇਸ ਤੋਂ ਬਾਅਦ ਉਨ੍ਹਾਂ ਨੂੰ ਹੁਕਮ ਹੋਇਆ ਕਿ ਆਪਣਾ ਸਾਰਾ ਸਮਾਨ ਲੈ ਕੇ 2 ਵਜੇ ਇਸ ਜਗ੍ਹਾ ਹੀ ਪਹੁੰਚ ਜਾ ਇੱਕ ਗੱਡੀ ਗੰਗਟੋਕ ਜਾਣੀ ਹੈ ਕੁਝ ਬੰਨਿਆਂ ਨੂੰ ਲੈ ਕੇ ਤੁਹਾਨੂੰ ਵੀ ਉਸ ਵਿੱਚ ਹੀ ਭੇਜ ਦੇਣਾ ਹੈ ਉਹ ਦਫਤਰ ਗਏ ਅਤੇ ਜਸਵੰਤ ਸਿੰਘ ਨੂੰ ਸਾਰਾ ਚਾਰਜ ਸੰਭਾਲ ਕੇ ਐਮਟੀ ਰੂਮ ਪਹੁੰਚ ਗਏ ਉਹਨਾਂ ਨੇ ਵੀ ਉਹਨਾਂ ਨੂੰ 2 ਦਿਨ ਉੱਥੇ ਰੱਖ ਕੇ ਬੇਸ ਹਸਪਤਾਲ ਬਾਗ ਡੋਗਰਾ ਭੇਜ ਦਿੱਤਾ ਇਹਨਾਂ ਨੇ ਵੀ 15 ਦਿਨ ਰੱਖ ਕੇ ਰੁੜਕੀ ਭੇਜ ਦਿੱਤਾ ਉਹ ਬੜੇ ਹੈਰਾਨ ਹੋਏ ਕਿ ਅੱਜ 7 ਵਜੇ ਹੀ ਸ਼੍ਰੀ ਸਤਗੁਰੂ ਜੀ ਨੂੰ ਯਾਦ ਕੀਤਾ ਸੀ ਕਿ ਸੱਚੇ ਪਾਤਸ਼ਾਹ ਜੀ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਨੇਤਨੇ ਮੇਰਾ ਘਟ ਗਿਆ ਹੈ ਉਸੇ ਵਕਤ ਹੀ ਉਹਨਾਂ ਦੀ ਅਰਜ਼ ਸੁਣੀ ਗਈ ਅਤੇ 8 ਵਜੇ ਹੀ ਉਹਨਾਂ ਨੂੰ ਵਾਪਸ ਭੇਜਣ ਦੀ ਕਾਰਵਾਈ ਸ਼ੁਰੂ ਵੀ ਹੋ ਗਈ ਇਹੋ ਜਿਹੀ ਕਿਰਪਾ ਸ਼੍ਰੀ ਸਤਗੁਰੂ ਜੀ ਹੀ ਕਰ ਸਕਦੇ ਹਨ ਗੁਰਦਾਤਾ ਸਮਰਾਥ ਗੁਰਗੁਰ ਸਭ ਮੇ ਰਿਆ ਸਮਾਈ ਦੇ ਅਨੁਸਾਰ ਸਤਗੁਰੂ ਜੀ ਸਾਰਿਆਂ ਵਿੱਚ ਹੀ ਵਸਦੇ ਹਨ ਕਿਸੇ ਨੂੰ ਵੀ ਪ੍ਰੇਰ ਕੇ ਤੁਹਾਡਾ ਕੰਮ ਕਰਵਾ ਸਕਦੇ ਹਨ ਸਿਰਸਾਰ ਗੁਰਜੀ ਨੂੰ ਯਾਦ ਕਰਨ ਦੀ ਲੋੜ ਹੈ ਨਾਮ ਲਏ ਦੁੱਖ ਡੇਰਾ ਟਾਇਆ ਵਾਲਾ ਕੰਮ ਕਰਨ ਨੂੰ देर ਨਹੀਂ ਲੱਗਦੀ ਰੁੜਕੇ ਆ ਕੇ ਉਹਨਾਂ ਦੀ ਬਦਲੀ ਸੁਪਰੀ ਟੈਂਡੈਂਟ ਆਫ ਟ੍ਰੇਨਿੰਗ ਦਫਤਰ ਵਿੱਚ ਹੋਈ ਇੱਥੇ ਇੱਕ ਅਫਸਰ ਮੇਜਰ ਨਿਗਮ ਸੀ ਜੋ ਕਿ ਬਹੁਤ ਸਖਤ ਅਫਸਰ ਸੀ ਹਰ ਕੋਈ ਉਸ ਕੋਲ ਜਾਣ ਤੋਂ ਚੀਜਕ ਦਾ ਬੜਾ ਸੀ ਉਹਨਾਂ ਕੋਲ ਸਿਕਰੇਟ ਡਾਕੂਮੈਂਟ ਦਾ ਚਾਰਜ ਹੋਣ ਕਰਕੇ ਉਹਨਾਂ ਦਾ ਉਹਦੇ ਕੋਲ ਆਉਣਾ ਜਾਣਾ ਬਣਿਆ ਹੀ ਰਹਿੰਦਾ ਸੀ। ਉਹਨਾਂ ਨਾਲ ਉਹਦਾ ਵਿਵਹਾਰ ਬਹੁਤ ਚੰਗਾ ਸੀ। ਜਿਵੇਂ ਆਮ ਲੋਕੀ ਬੱਚਿਆਂ ਨਾਲ ਲਾਡ ਪਿਆਰ ਕਰਦੇ ਹਨ ਉਹਨੇ ਬੜੇ ਪਿਆਰ ਨਾਲ ਕਹਿਣਾ ਆਓ ਲਾਲ ਸਿੰਘ ਜੀ ਕੀ ਹਾਲ ਹੈ। ਜਿੰਨਾ ਚਿਰ ਵੀ ਉਹਨਾਂ ਨੇ ਉੱਥੇ ਰਹਿਣਾ ਉਹਨੇ ਖੁਸ਼ ਰਹਿਣਾ। ਉਹਨਾਂ ਦੇ ਇੱਕ ਦਿਨ ਮਨ ਵਿੱਚ ਵੀ ਉਹਨਾਂ ਨੇ ਇੱਕ ਦਿਨ ਮਨ ਵਿੱਚ ਵਿਚਾਰ ਕੀਤੀ ਕਿ ਆਮ ਲੋਕੀ ਇਸ ਨੂੰ ਬਹੁਤ ਸਖਤ ਮੰਨਦੇ ਹਨ ਪਰ ਮੈਨੂੰ ਤਾਂ ਕੋਈ ਸਖਤ ਨਹੀਂ ਲੱਗਦਾ ਉਸੇ ਰਾਤ ਉਹਨਾਂ ਨੂੰ ਸ੍ਰੀ ਸਾਗੁਰੂ ਜੀ ਨੇ ਦ੍ਰਿਸ਼ਟਾਂਤ ਵਿੱਚ ਦੱਸਿਆ ਕਿ ਇਸ ਦੇ ਮੋਢਿਆਂ ਤੇ ਜਿਹੜੇ ਸ਼ੇਰ ਦੇ ਨਿਸ਼ਾਨ ਲੱਗੇ ਹਨ ਇਹ ਤਾਂ ਤੇਰੇ ਸਾਹਮਣੇ ਕੁੱਤਿਆਂ ਵਰਗੇ ਹਨ ਜਦੋਂ ਤੂੰ ਅੰਦਰ ਜਾਂਦਾ ਹੈ ਤਾਂ ਮੈਂ ਤੇਰੇ ਨਾਲ ਹੀ ਹੁੰਦਾ ਉਹ ਬੜੇ ਹੈਰਾਨ ਹੋਏ ਅਤੀਤਾਂ ਸਰਗੁਰ ਜਗਜੀਤ ਸਿੰਘ ਜੀ ਕਹੇ ਬਗੈਰ ਨਾ ਰਹਿ ਸਕੇ ਪਤੀ ਉਧਾਰਨ ਭੈ ਹਰਨ ਹਰ ਅਨਾਥ ਕੇ ਨਾਨਕ ਤੀ ਜਾਨੀਐ ਸਦਾ ਬਸਤ ਤੁਮ ਸਾਤ ਜਿਹੜੇ ਵੀ ਗੁਰਸਿੱਖ ਸਾਗੁਰ ਜੀ ਦੇ ਪਰੋਸਾ ਕਰਦੇ ਹਨ ਅਤੇ ਹਮੇਸ਼ਾ ਉਸ ਦੀ ਸ਼ਰਨ 택ਦੇ ਹਨ ਸਤਗੁਰੂ ਜੀ ਹਮੇਸ਼ਾ ਉਹਨਾਂ ਦੇ ਅੰਗ ਸੰਗ ਹੁੰਦੇ ਹਨ ਇਸ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ ਉਹਨਾਂ ਦੀ ਰੱਖਿਆ ਕਰਦੇ ਹਨ ਸਾਰੇ ਹੀ ਆਖ ਲਈਏ ਤਾਨ ਸੀਰੀ ਸਾਧਗੁਰੂ ਜਗਜੀਤ ਸਿੰਘ ਜੀ